ਹਾਂ ਜੀ ਦੋਸਤੋ, ਪੰਜਾਬੀ ਐਕਟਰੈਸ ਜੈਸਮੀਨ ਸੈਂਡਲਸ ਦੀ ਇਕਾਂਤਰੀ ਕੋਲ ਜਾ ਕੇ ਮੱਥਾ ਟੇਕਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਸੇ ਉੱਪਰ ਹੀ ਹੁਣ ਵੱਖਰੋ ਵੱਖਰੇ ਰਿਐਕਸ਼ਨ ਸਾਹਮਣੇ ਆ ਰਹੇ ਹਨ। ਅਤੇ ਹੁਣ ਜੈਸਮੀਨ ਦੇ ਐਕਸ ਗੈਰੀ ਸੰਧੂ ਨੇ ਵੀ ਇਸ ਉੱਪਰ ਫਨੀ ਰਿਐਕਸ਼ਨ ਸਾਹਮਣੇ ਦਿੱਤਾ, ਪਰ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੈਸਮੀਨ ਦੀ ਬਾਬੇ ਨਾਲ ਵੀਡੀਓ। ਜੈਸਮੀਨ ਸੈਂਡਲਸ ਕੁਛ ਸੁਣਾਉਣਾ ਚਾਹੇਂਗੇ? ਰਾਧਾ 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 ਅਭੀ ਸੇ ਰਾਗ ਮੇ ਲੇ ਜਾਈਏ। ਰਾਧਾ 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 ਇਤਨਾ ਹੀ ਕਾਫੀ ਤੁਹਾਡੇ ਉਦਾਰ ਕੇ ਲਈ। ਪ੍ਰੀਜੇ ਸਰ, ਹਮੇਸ਼ਾ ਯਹੀ ਪ੍ਰਾਰਥਨਾ ਹੈ ਕਿ ਆਪਕਾ ਸਵਾਸਥ ਹਮੇਸ਼ਾ ਠੀਕ ਰਹੇ। ਪਰ ਅਭੀ ਇਹ ਕਹੇ ਕਿ ਜਿਤਨੇ ਮਿਨਟ ਚਲਨਾ ਸਰੀਰ ਕੋ ਉਤਨੇ ਹੀ ਮਿਨਟ ਚਲੇਗਾ। ਅਬ ਵੋ ਜੋ ਜਾਣੇ ਵਾਲੀ ਚੀਜ਼ ਉਹ ਤੋ ਜਾਏਗੀ ਜਾਏਗੀ। ਮਾਲਿਕ ਜਿਤਨੇ ਦਿਨ ਰੱਖੇਗਾ ਨੌਕਰੀ ਮੇ ਉਤਨੇ ਦਿਨ ਰੱਖਣਾ, ਨਹੀਂ ਤੋ ਟ੍ਰਾਂਸਫਰ। ਔਰ ਅਗਰ ਮਾਲਿਕ ਕੋ ਫਿਰ ਭੇਜਣਾ ਹੈ ਤੋ ਨਯਾ ਸਰੀਰ ਫਿਰ ਭੇਜੇਂਗੇ। ਵੋ ਨਾਮ ਪ੍ਰੇਮਾਨੰਦ ਭਲੇ ਨਹੀਂ ਹੋਗਾ ਅਗਰ ਆਪਣੇ ਪਾਸ ਆਪਣੀ ਸੇਵਾ ਮੇ ਰੱਖ ਲਿਆ ਤੋ ਬਾਅਦ। ਤੇ ਇਸੇ ਉੱਪਰ ਜੇ ਹੁਣ ਆਪਾਂ ਪਬਲਿਕ ਰਿਐਕਸ਼ਨ ਦੀ ਗੱਲ ਕਰੀਏ ਤਾਂ ਇੱਕ ਯੂਜ਼ਰ ਲਿਖਦੇ ਨੇ, ਇਹਦਾ ਇਲਾਜ ਬਾਬਾ ਰਾਮ ਨੇ ਵੀ ਕਰ ਸਕਦਾ, ਇਸ ਤੋਂ ਨਹੀਂ ਗੱਲ ਬਣਨੀ। ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ, ਬੀਬਾ ਸਾਡੇ ਨਾਲ ਦੇ ਪਿੰਡ 'ਚ ਸਾਹ ਦਾ, ਉਸ ਕੋਲੋਂ ਕਾਲਾ ਧਾਗਾ ਪਵਾਲਾ, ਸਭ ਸਰਚੂ ਨਾਲ ਭਭੂਤੀ ਵੀ ਲੈ ਲਈ। ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤੋਂ ਸਭ ਕੁਝ ਮਿਲਦਾ, ਬਾਕੀ ਸਮਾਂ ਚੰਗਾ ਮਾੜਾ ਚੱਲਦਾ ਰਹਿੰਦਾ ਹੁੰਦਾ, ਉਸ ਪਰਮਾਤਮਾ ਦਾ ਲੜ ਨਹੀਂ ਛੱਡੀਦਾ, ਇਹਨਾਂ ਪਖੰਡੀਆਂ ਨੇ ਕੀ ਦੇਣਾ ਤੈਨੂੰ। ਤੇ ਉੱਥੇ ਗੈਰੀ ਨੇ ਇੰਸਟਾ ਤੇ ਸਟੋਰੀ ਪਾਈ, ਰੱਬ ਜਾਣੇ ਮੈਂ ਨਾ ਜਾਣਾ ਹੋਰੇ ਕਿਹੜਾ ਟੂਣਾ ਟੱਪ ਗਈ ਤੂੰ, ਤੈਨੂੰ ਲਾਵੇ ਰੱਬ ਭਾਗ ਗੋਰੀਏ। ਸੋ ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ, ਇਸ ਗੱਲ ਦਾ ਜਵਾਬ ਕਮੈਂਟ ਸੈਕਸ਼ਨ ਜ਼ਰੂਰ ਦਿਓ। ਜਾਂਦੇ ਸਾਨੂੰ ਲਾਈਕ ਕਰੋ, ਸਾਡੇ ਚੈਨਲ ਨਿਊਜ਼ ਫੂਡ ਫਾਈਵ ਨੂੰ ਸਬਸਕ੍ਰਾਈਬ ਕਰ ਲਓ।